साल कांग्रेसिया ने लुट लिया पंजाब नूं, कुछ दिता नहीं। 37,000 नौकरियां पंजाबियों नूं दे के दसो, इन्हें खर्चे किनू नौकरी मिली है, मैनूं आ तां दसो। उद्घाटन पंजाब दे हस्पताल दा हो रहा, दिल्ली दे मुख मंत्री नूं आ के पंजाब दे हस्पताल दा उद्घाटन करन दा की मतलब है? कहिंदा कानून व्यवस्था जे तां पंजाब दो नंबर च पहुंच गया। कानून व्यवस्था से आज साढ़े सिद्धू मूसेवाला तो शुरू हो के कबड्डी प्लेयर तो रोज उसका खोआ जड़ी हो रही है, इंडस्ट्री साड़ी पंची जा रही है। हर तरह असी जी हस्पताल बनाते, असी स्कूल बनाते, असी लोगों ने फिर नशा खत्म करता है ना, बेशरम बंदा कल कह गया मैं नशा खत्म करता। रोज एड़े बंदे ने मेले के घरों गोलियां निकलियां ने, लोगों की ताकत के सामने इन्हों की इज्जत है। एक एक नूं डरा लैंदे सारे इकट्ठे हो, मोदी ने डराने की कोशिश की थी ना किसान अंदोलन च, मोदी को बंदा बनाता है कि नहीं तुम सारे बनाता, तो फिर एक चीज है भगवान की खेती होंगी है। बादल साहब वसदे सी पंजाब दे लोकां दे विच, उहनां दी खुराक सी लोकां दा प्यार, उह तुहाडे सारिआं दे विच ही बादल साहब नूं असीं लभ रहियां। सो इस करके आही बेनती करदी आं कि हुण आपां सारिआं ने पिछले 7-8 सालां च, मैनूं लगदा सारे पंजाब च हरेक नूं चानण हो गया है कि जिहड़ा झूठ मार के आ दोवां पार्टियां ने भंडी प्रचार करके उस पंथ दी पार्टी नूं, पंजाब दी खेतरी पार्टी नूं, ਉਹਨਾਂ ਦੇ ਲੀਡਰਸ਼ਿਪ ਬਾਦਲ ਸਾਹਿਬ ਵਰਗੇ ਇਨਸਾਨਾਂ ਨੂੰ ਬਦਨਾਮ ਕਰਕੇ, ਲੋਕਾਂ ਦੇ ਮਨ 'ਚ ਝੂਠੀ ਨਫ਼ਰਤ ਪੈਦਾ ਕਰਕੇ ਇਹਨਾਂ ਨੇ ਲਾਹਾ ਲਿੱਤਾ। 5 ਸਾਲ ਕਾਂਗਰਸੀਆਂ ਨੇ ਲੁੱਟ ਲਿਆ ਪੰਜਾਬ ਨੂੰ, ਕੁਛ ਦਿੱਤਾ ਨਹੀਂ, ਛੱਕ ਕੇ 1,00,000 ਕਰੋੜ ਦਾ ਕਰਜ਼ਾ ਨੌਜਵਾਨਾਂ ਦੇ ਸਿਰਾਂ 'ਚ ਪਾ ਕੇ ਇਹਨਾਂ ਵਿਚਾਰਿਆਂ ਨੇ, ਅਜੇ ਇਹਨਾਂ ਦੀ ਜ਼ਿੰਦਗੀ ਸ਼ੁਰੂ ਨਹੀਂ ਹੋਈ। ਲੇਕਿਨ ਜਦ ਸੂਬਾ ਕਰਜ਼ਾਈ ਹੋ ਜਾਂਦਾ ਨਾ, ਇਹਨਾਂ ਦਾ ਭਵਿੱਖ ਕਰਜ਼ਾਈ ਹੋ ਜਾਂਦਾ ਹੈ। ਕਿਉਂ? ਕਿਉਂਕਿ ਨਾ ਤਾਂ ਚੰਗੀ ਸਿਹਤ ਸਹੂਲਤਾਂ ਮਿਲਦੀਆਂ ਨੇ, ਨਾ ਸਿੱਖਿਆ ਦੇ ਚੰਗੇ ਸਾਧਨ, ਜੇ ਟੀਚਰਾਂ ਹੀ ਪੂਰੀ ਨਾ ਹੋਣ, ਸਕੂਲ ਅਪਗ੍ਰੇਡ ਨਾ ਹੋਏ, ਪਲੱਸ ਟੂ ਨਾ ਹੋਏ, ਚੰਗੇ ਕਾਲਜ ਨਾ ਹੋਣ, ਤੇ ਉਹਦੇ ਬਾਅਦ ਚੰਗੀ ਨੌਕਰੀਆਂ ਨਾ ਹੋਣ, ਤੇ ਫਿਰ ਇਹਨਾਂ ਬੱਚਿਆਂ ਦਾ ਭਵਿੱਖ ਕੀ ਰਹਿ ਗਿਆ ਹੈਗਾ? 1,00,000 ਕਰੋੜ ਦਾ ਕਰਜ਼ਾ ਚੜਾ ਕਿਉਂ ਚਲੇ ਗਏ? ਤੇ ਇਹਨਾਂ ਨੇ ਜਿਹੜਾ ਬਦਲਾਅ ਦੀ ਵੱਡੀ ਵੱਡੀ ਗੱਲਾਂ ਕੀਤੀਆਂ ਸੀ, 50,000 ਕਰੋੜ ਦਾ ਕਰਜ਼ਾ ਲੋਕਾਂ ਦੇ ਬੱਚਿਆਂ ਦੇ ਉੱਤੇ, ਉਸ ਗਰੀਬ ਬਾਰੇ ਸੋਚੋ ਜਿਹਦਾ ਘਰ ਨਹੀਂ ਹੈਗਾ, ਜਿਹਦੇ ਕੋਲ ਦਵਾਈਆਂ ਲਈ ਇਲਾਜ ਕਰਾਉਣ ਲਈ ਦਵਾਈ ਤੱਕ ਦੇ ਪੈਸੇ ਨਹੀਂ ਹੈਗੇ, ਉਹ ਕਿਸਾਨ ਜਿਹਦਾ ਮੌਸਮ ਦੀ ਮਾਰ ਕਰਕੇ ਸਾਰਾ ਕੁਛ ਖਤਮ ਹੋ ਜਾਂਦਾ ਹੈ, ਜੇ ਸਰਕਾਰ ਵੱਲ ਭਾਕਦੇ ਨੇ ਲੋਕੀ ਕਿ ਸਾਡੀ ਬਾਹ ਫੜਨਗੇ, ਤੇ ਸਰਕਾਰ ਤਾਂ ਕੱਲੇ ਇਹਨਾਂ ਨੂੰ ਕਰਜ਼ਾਈ ਕਰਨ 'ਚ ਪੈਸੇ ਲੁੱਟ ਕੇ ਇਸ ਕੰਮ 'ਚ ਲੱਗੀ, ਤੇ ਕਿੱਥੇ ਜਾਊਗਾ ਪੰਜਾਬ? ਜਿਹਦੇ ਕਰਕੇ ਦਰਦ ਹੁੰਦਾ ਹੈ ਜਦ ਦੇਖਦੇ ਹਾਂ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ। ਤੇ ਹੁਣ ਇਹਨਾਂ ਦਾ ਝੂਠ ਤਾਂ ਸਾਰਿਆਂ ਨੂੰ ਜਦ ਪਰਦਾ ਫਾਸ਼ ਹੋ ਗਿਆ ਕਿ ਨਾ ਤਾਂ ਉਹ ਘਰ ਘਰ ਨੌਕਰੀ ਦੇ ਕੇ ਗਏ, ਨਾ ਕਿਸੇ ਕਿਸਾਨ ਦਾ ਕਰਜ਼ਾ ਉਹਨਾਂ ਕਾਂਗਰਸੀਆਂ ਨੇ ਕੀਤਾ, ਉਹਨਾਂ ਨੇ ਕਰਜ਼ਾ ਚਾੜਤਾ। ਤੇ ਹੁਣ ਇਹ ਜਿਹੜੇ ਬਦਲਾਅ ਦੀ ਗੱਲਾਂ ਕਰਦੇ ਸੀ, ਇਹ ਤਾਂ ਉਸ ਤੋਂ ਵੀ ਵੱਡੇ ਝੂਠੇ ਨਿਕਲੇ ਤੇ ਉਸ ਤੋਂ ਵੀ ਵੱਡੇ ਨਿਕੰਮੇ ਨਿਕਲੇ। 50,000 ਕਰੋੜ ਦਾ ਕਰਜ਼ਾ ਬੀਬੀਆਂ ਖੜੀਆਂ ਨੇ, ਕਈ ਗਰੀਬ ਬੀਬੀਆਂ ਮੈਨੂੰ ਮਿਲਦੀਆਂ ਨੇ, ਕਿਸੇ ਨੂੰ ਦਵਾ ਵਾਸਤੇ ਲੋੜ ਆਉਂਦੀ ਹੈ, ਸਾਰੀਆਂ ਬੀਬੀਆਂ ਨੇ 1,000 ਰੁਪਏ ਚਲੋ ਆ ਜਾਣਗੇ, ਸੱਸ ਦੇ ਆ ਜਾਣਗੇ, ਮੇਰੇ ਆ ਜਾਣਗੇ, ਬੱਚੀ ਦੇ 2-3 ਹਜ਼ਾਰ ਦੇ ਨਾਲ ਗੁਜ਼ਾਰਾ ਚੱਲ ਜੂਗਾ, ਘਰ ਦਾ ਗਰੀਬ ਸੋਚਦਾ ਹੀ ਹੈਗਾ। ਵੋਟਾਂ ਪਾਈਆਂ ਲੇਕਿਨ 1.5 ਸਾਲ ਕੀ ਦੇਣਾ ਸੀਗਾ, 50,000 ਕਰੋੜ ਦਾ ਕਰਜ਼ਾ ਚੜਾਤਾ, ਲੇਕਿਨ ਇਹਨਾਂ ਗਰੀਬਾਂ ਬਾਰੇ ਕਿਸੇ ਨੇ ਸੋਚਿਆ? ਸਾਰੀ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਤੇ ਚੜੀਆਂ ਬੰਦ ਕਰ ਦਿੱਤੀਆਂ ਨੇ, ਨਵੀਂ ਕੀ ਦੇਣੀਆਂ ਨੇ? ਅੱਜ ਵੀ 5 ਸਾਲ ਪਹਿਲੇ ਕਾਂਗਰਸੀਆਂ ਨੇ ਬਾਦਲ ਸਾਹਿਬ ਦੇ ਕੀਤੇ ਹੋਏ ਕੰਮਾਂ ਦਾ ਉਦਘਾਟਨ ਕੀਤਾ ਜਿਹੜੇ ਚੱਲ ਰਹੇ ਸੀਗੇ, ਤੇ ਹੁਣ ਇਹਨਾਂ ਨੇ ਨਵਾਂ ਕੰਮ ਕਰਤਾ, ਭਾਵੇਂ ਬਾਦਲ ਸਾਹਿਬ ਦਾ ਬਣਾਇਆ ਹੋਇਆ ਸਕੂਲ ਉਹਨੂੰ ਰੰਗ ਰੋਗਨ ਕਰਕੇ ਉਹ ਕੇਜਰੀਵਾਲ ਆ ਕੇ ਉਹਦਾ ਉਦਘਾਟਨ ਕਰਦਾ ਹੈ, ਭਾਵੇਂ ਬਾਦਲ ਸਾਹਿਬ ਦੇ ਸਮੇਂ ਦਾ ਬਣਾਇਆ ਹਸਪਤਾਲ ਹੋਏ 4 ਕਮਰੇ ਦੇ ਪਾ ਕੇ ਉਹਦਾ ਰੰਗ ਰੋਗਨ ਕਰਕੇ ਉਹਦਾ ਉਦਘਾਟਨ, ਸਾਡੇ ਪਿੰਡ ਦਾ ਹਸਪਤਾਲ ਟੱਕਦਾ ਹੀ ਦਵਾਈਆਂ। ਲੇਕਿਨ ਜੀ ਮੁਹੱਲਾ ਕਲੀਨਿਕ ਕੀ ਪੰਜਾਬ ਦੇ ਲੋਕਾਂ ਦੇ ਪੈਸਿਆਂ ਦੇ ਨਾਲ ਪੂਰੇ ਦੇਸ਼ ਭਰ ਚ ਇੱਥੇ ਇੰਨੇ ਵੱਡੇ ਵੱਡੇ ਇਸ਼ਤਿਹਾਰ? ਕੱਲ ਕੇਜਰੀਵਾਲ ਆਇਆ, ਪਹਿਲੇ ਗੱਲ ਤਾਂ ਮੈਂ ਪੁੱਛਦੀ ਹਾਂ, ਉਦਘਾਟਨ ਪੰਜਾਬ ਦੇ ਹਸਪਤਾਲ ਦਾ ਹੋ ਰਿਹਾ, ਦਿੱਲੀ ਦੇ ਮੁੱਖ ਮੰਤਰੀ ਨੂੰ ਆ ਕੇ ਪੰਜਾਬ ਦੇ ਹਸਪਤਾਲ ਦਾ ਉਦਘਾਟਨ ਕਰਨ ਦਾ ਕੀ ਮਤਲਬ ਹੈ? ਕਦੇ ਸਕੂਲ ਤਾਂ ਹੁੰਦੇ ਉਹ ਵੀ ਕੇਜਰੀਵਾਲ ਆ ਕੇ ਕਰਦਾ, ਤੇ ਭਗਵੰਤ ਮਾਨ ਪਿੱਛੇ ਖੜਿਆ ਮੂਰੇ ਹੋ ਕੇ ਆ ਗੱਲਾਂ ਮਾਰੇ ਨੇ,
ਕਾਂਗਰਸ ਤੇ ਆਮ ਆਦਮੀ ਦੀ ਵੋਟਾਂ ਨੂੰ ਮਿਲਾ ਕੇ ਸਾਡੇ 24 ਵਾਲੀ ਚੋਣਾਂ ਚ ਅਸੀਂ ਫੇਰ ਜਿੱਤ ਜਾਵਾਂਗੇ।
लेकिन लोगों को इकट्ठे होना पड़ेगा इन्हां दे खतरे दी घंटी तो सचेत होके ना डंडा इहो जिहा लाना पड़ेगा इक ना जिते रहा ताकि यार बंदे दे पुत बन जाण ताकि लोगों की सुनवाई हो जाए नहीं तो थोड़ा जिहा 1.5 साल आ रहा सो होर माड़ा हो देना अगले 3 साल तक केजरीवाल की चीज है कट्ठे होके नजर भी आ गए भज भज पै जाए सो तुम सारे कट्ठे हो जाओ बेनती है कि बाबे नानक की तकड़ी नु देखो ਚੋਣ ਸਰ।